ਸਾਫਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਤਰੋ ਠੀਕ ਠਾਕ ਹੋਣ ਜਾਨਵਰ ਫੱਟਾ ਸਾਰਿਆਂ ਦੇ ਇੱਧਰ ਦੇਖੋ ਮਤਰੋ ਰਾਤ ਮੀਂਹ ਪਿਆ ਬਈ ਬਹੁਤ ਜ਼ਿਆਦਾ ਮੀਂਹ ਪਿਆ ਤੇ ਬਈ ਹੁਣ ਉਮੀਦ ਪੂਰੀ ਆ ਵੀ ਦਿਨ ਖੁੱਲੇ ਜਾਣਗੇ ਧੁੱਪ ਨਿਕਲਣ ਲੱਗ ਜੂ ਕਿਉਂਕਿ ਇੱਕ ਮੀਂਹ ਦੀ ਵੇਟ ਸੀ ਤਾਂ ਮੀਂਹ ਪੈਣ ਤੋਂ ਬਾਅਦ ਸਾਰੀ ਠੰਡ ਚੱਕੀ ਜਾਊ ਇੱਧਰ ਬਈ ਰੋਟੀਆਂ ਲਿਆ ਰਖਿਆ ਨੇ ਚੂਰ ਕੇ ਤੇ ਨਾਲੇ ਨਿੱਗਾ ਪਾਣੀ ਇਹ ਆਪਾਂ ਲੈ ਕੇ ਚੱਲਦੇ ਆ ਆਪਣੇ ਤੂਫਾਨ ਤੇ ਸੁਲਤਾਨ ਵਾਸਤੇ ਅੰਦਰ ਆਜੋ ਫਿਰ ਉਹਨਾਂ ਦੀ ਖਬਰਸਾਰ ਲਈਏ ਕਿਵੇਂ ਨੇ ਦੋਨੇ ਉਹ ਹਾਂ ਵੀ ਕਿਵੇਂ ਹੋ ਛੋਟਿਓ ਪਹਿਲਾਂ ਤਾਂ ਬਈ ਆਪਾਂ ਸ਼ਿਕਾਰੀ ਦੀ ਖਬਰਸਾਰ ਲੈ ਲੈਨੇ ਆ ਇਹਨੂੰ ਦੇਖ ਲੈਨੇ ਆ ਇਹ ਕਿਵੇਂ ਆ ਤੇ ਨਾਲੇ ਇਹਨੂੰ ਪਾ ਦਿੰਨੇ ਆ ਦਾਣੇ ਦੂਨੇ ਹਾਂ ਵੀ ਸ਼ਿਕਾਰੀ ਕੀ ਹਾਲਾ ਤੇਰਾ ਤਵਰੇ ਸ਼ਿਕਾਰੀ ਦਾ ਮੰਦਾ ਹਾਲਾ ਥੋੜਾ ਜਿਹਾ ਇਹਦੀ ਅੱਖ ਇਧਰਲੀ ਬੰਦ ਹੋਈ ਪਈ ਆ ਬਈ ਇੱਕ ਅੱਖ ਤਾਂ ਬਈ ਇਹਦੀ ਪਹਿਲਾਂ ਹੀ ਕਾਣੀ ਆ ਹਨਾ ਇਹ ਕਹਨੇ ਬੰਦ ਕਰ ਰੱਖੀ ਆ ਤੇ ਬਾਕੀ ਕੋਈ ਨਹੀਂ ਆਪਾਂ ਨਿੱਗੇ ਪਾਣੀ ਨਾਲ ਸਾਫ਼ ਕਰਦੇ ਆਂਗੇ ਤੇ ਪਹਿਲਾਂ ਇਹਨਾਂ ਨੂੰ ਖਰਾਕ ਰੱਖ ਦਈਏ ਬਈ ਹਨਾ ਇਧਰ ਪਿਆ ਪਾਣੀ ਵਾਲਾ ਭਾਂਡਾ ਆ ਚੱਕ ਲੈਨੇ ਆ ਆਪਾਂ ਤੇ ਨਾਲੇ ਆ ਭਾਂਡਾ ਚੱਕ ਲੈਨੇ ਆ ਇਹਦਾ ਲੋ ਜੀ ਆ ਜਾਓ ਹੁਣ ਬਈ ਤੂਫਾਨ ਨੂੰ ਦੇਖ ਲਈਏ ਇਹ ਕਿਵੇਂ ਆ ਨਲੇ ਦੇ ਭਾਂਡੇ ਕੱਢ ਲਈਏ ਆਪਾਂ ਲੋ ਬਈ ਹਾਂਜੀ ਤੂਫਾਨ ਜੀ ਕੀ ਹਾਲ ਨੇ ਇਹ ਤਾਂ ਬਈ ਠੀਕ ਲੱਗ ਰਿਹਾ ਯਾਰ ਮੈਨੂੰ ਇਹ ਤਾਂ ਖੜਾ ਵੀ ਆ ਹਨਾ ਉਹ ਦੇਖੋ ਜਿਵੇਂ ਆ ਤਾਂ ਬੈਠਾਗਾ ਤੇ ਬਈ ਇਹ ਖੜਾਗਾ ਤੇ ਮੁਰਗਾ ਇਹ ਠੀਕ ਆਪਣਾ ਸਹੀ ਆ ਤੂਫਾਨ ਉਹਦੇ ਨਾਲੋਂ ਤਾਂ ਸਹੀ ਆ ਇਹਦੀ ਕੰਡੀਸ਼ਨ ਉਤਲੇ ਨਾਲੋਂ ਲੋ ਜੀ ਇੱਧਰ ਨਿੱਗਾ ਪਾਣੀ ਆ ਤੇ ਆ ਨੀ ਬਾਈ ਚੂਰੀਆਂ ਹੋਈਆਂ ਰੋਟੀਆਂ ਲੈ ਬਿਸ਼ਕਾਰੀ ਖਾ ਬਈ ਆ ਆ ਗਿਆ ਵੀ ਤੇਰਾ ਪਾਣੀ ਨਿਗਾ ਨਿਗਾ ਨਲਿਆ ਪੀ ਲ ਤੇ ਨਾਲੇ ਆ ਖਾ ਲੈ ਠੀਕ ਆ ਕੋਈ ਨਹੀਂ ਹੋ ਜਾਏਗਾ ਠੀਕ ਆ ਆ ਲੋ ਤਫਾਨ ਜੀ ਤੁਹਾਡਾ ਪਾਣੀ ਨਿਗਾ ਨਿਗਾ ਪੀ ਲੋ ਬਾਹਰ ਨਹੀਂ ਆਉਣਾ ਬਸ ਇੱਥੇ ਪੀ ਲ ਪੀ ਲ ਪੀ ਲ ਵੈਰੀ ਗੁੱਡ ਬਾਕੀ ਇਧਰ ਪਏ ਇਹਦੇ ਦਾਣੇ ਤੂਫਾਨ ਦੇ ਆਹ ਦਾਣੇ ਰੱਖ ਦਿੰਨੇ ਆ ਆ ਵੀ ਖਾਲੂਗਾ ਇਹ ਦੇਖੋ ਬਈ ਆ ਲੱਗ ਗਿਆ ਖਾਣ ਤਾਂ ਮਤਲਬ ਵੀਰੇ ਇਹਦੀ ਕੰਡੀਸ਼ਨ ਜਮਾ ਸਹੀ ਆ ਦਾਣਾ ਪਾਣੀ ਇਹ ਬਿਲਕੁਲ ਠੀਕ ਖਾ ਰਿਹਾਗਾ ਤਾਂ ਇਹਦਾ ਆਪਾਂ ਨੂੰ ਇੰਨਾ ਕੋਈ ਚੱਕਰ ਨਹੀਂ ਹੈਗਾ ਇਹ ਜਮਾ ਓਕੇ ਆ ਲਓ ਜੀ ਮਿੱਤਰੋ ਸ਼ਿਕਾਰੀ ਆਪਾਂ ਬਾਹਰ ਕੱਢ ਲਿਆਂਦਾ ਤੇ ਦੇਖੋ ਵੀਰੇ ਇਹਦੀ ਕੰਡੀਸ਼ਨ ਇਹਦੀ ਅੱਖ ਵੀ ਬੰਦ ਆ ਤੇ ਇਧਰਲੀ ਅੱਖ ਵੀ ਬੰਦ ਆ ਜਨਨ ਕਿ ਦੋਨੇ ਅੱਖਾਂ ਬੰਦ ਨੇ ਬਈ ਬੱਸ ਬੇਟੇ ਬੱਸ ਬੱਸ ਦੇਖੋ ਬਈ ਇਹਦੀਆਂ ਦੋਨੇ ਅੱਖਾਂ ਬੰਦ ਨੇ ਆਜੋ ਆਪਾਂ ਖੋਲ ਦਈਏ ਆ ਲਓ ਬਈਆ ਸਾਫੀ ਕੋਟਨ ਆਪਾਂ ਹਨਾ ਪਾਣੀ 'ਚ ਡਿਪ ਕਰ ਲੈਨੇ ਆ ਪਾਣੀ 'ਚ ਡਿਪ ਕਰਕੇ ਤੇਰੀ ਅੱਖਾਂ ਖੋਲ ਦਿੰਨੇ ਆ ਬਸ ਇੱਕ ਵਾਰੀ ਤਾਂ ਹਲਕੀ ਜਿਹੀ ਮੰਨੂ ਆ ਬਈ ਬਸ ਤਫਾਨ ਸੁਲਤਾਨ ਉਹ ਸ਼ਿਕਾਰੀ ਮਿੱਤਰੋ ਬਈ ਇੱਕ ਹੱਥ ਨਾਲ ਟ੍ਰੀਟਮੈਂਟ ਹੁੰਦਾ ਨਹੀਂ ਮੈਂ ਇਹਦੀਆਂ ਅੱਖਾਂ ਸਾਫ਼ ਕਰਦਾ ਖੋਲਦਾ ਫੇਰ ਮਿਲਦੇ ਆਪਾਂ ਲਓ ਬਈ ਮਿੱਤਰੋ ਦੇਖੋ ਫਿਰ ਆਹ ਕਰਤੀ ਬਈ ਅੱਖੇ ਦੀ ਸਾਫ ਅੱਖ ਖੁੱਲ ਗਈ ਬਈ ਹਨਾ ਕਾਟਨ ਨਾਲ ਸਾਫ ਕਰਤੀ ਤੇ ਆਜੋ ਬਈ ਹੁਣ ਆਪਾਂ ਇਹਨੂੰ ਅੰਦਰੀ ਛੱਡ ਦਿੰਨੇ ਆ ਵਿਚਾਰੇ ਨੂੰ ਕਿਉਂਕਿ ਬਾਹਰ ਠੰਡ ਬਹੁਤ ਜਾਦੇ ਆ ਬਈ ਹਨਾ ਤਾਂ ਕਰਕੇ ਹੁਣ ਇਹਨੂੰ ਉੱਥੇ ਹੀ ਛੱਡ ਦਿੰਨੇ ਆ ਇਹਦਾ ਦਾਣਾ ਪਾਣੀ ਉੱਥੇ ਰੱਖਿਆ ਹੋਇਆ ਬਾਕੀ ਆ ਨਿੱਗਾ ਪਾਣੀ ਹੈ ਜੇ ਪੀਂਦਾ ਪੀ ਲੈਣ ਦੋ ਚੰਗਾ ਹੀ ਆ ਚਲੋ ਪੀਲਾ ਪੀਲਾ ਜਿੰਨਾ ਨਿੱਗਾ ਪੀਊਗਾ ਉਹਨਾਂ ਹੀ ਠੀਕਾ ਚੱਕ ਦੇ ਫੱਟੇ ਚਲੋ 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 ਸ਼ਾਬਾਸ਼ ਵੈਰੀ ਗੁੱਡ ਆ ਲੈ ਤੇਰੀਆਂ ਰੋਟੀਆਂ ਪਰੋ ਇਹ ਆ ਸੀ ਤੇਰਾ ਪਾਣੀ ਦੇਖੋ ਬਈ ਹੁਣ ਖਾਣ ਲੱਗ ਗਿਆ ਉਹਦੀ ਪਹਿਲਾਂ ਵਿਚਾਰੇ ਦੀ ਅੱਖਾਂ ਹੀ ਬੰਦ ਸੀ ਹਨਾ ਖਾਵੇ ਕਿਥੋਂ ਚੱਕ ਦੇ ਵੀ ਫੱਟੇ ਤਾਂ ਰੋਟੀਆਂ ਮਿੱਤਰੋ ਇਹਨੂੰ ਤਾਂ ਰੱਖੀਆਂ ਨੇ ਵੀ ਤਾਂ ਕਿ ਇਹਦਾ ਪੋਟਾ ਜਾਮ ਨਾ ਹੋਵੇ ਕਈ ਵਾਰ ਦਾਣਿਆਂ ਨਾਲ ਨਾ ਪੋਟਾ ਜਾਮ ਹੋ ਜਾਂਦਾ ਐਸ ਲਈ ਬਈ ਤਾਂ ਕਰਕੇ ਰੋਟੀਆਂ ਰੱਖਤੀਆਂ ਇਹਨੂੰ ਭੁੱਖ ਦੇਖੋ ਕਿੰਨੀ ਲੱਗ ਰਹੀ ਸੀਗੀ ਤੇ ਚਲੋ ਬਈ ਹੁਣ ਆਪਾਂ ਕਰ ਦਿਆ ਬੰਦ ਇਹਨਾਂ ਨੂੰ ਡਿਸਟਰਬ ਨਹੀਂ ਕਰਨਦੇ ਖਾਣ ਦੋ ਪੀਣ ਦੋ ਲਓ ਜੀ ਆ ਗਿਆ ਤੁਹਾਡਾ ਪਾਣੀ ਇੱਧਰ ਆ ਜਾਓ ਸਾਰੇ ਇੱਥੇ ਪੀਓ ਵੈਰੀ ਗੁੱਡ ਆ ਜਾਓ ਵੀ ਤੁਸੀਂ ਵੀ ਆ ਜਾਓ ਸ਼ਾਬਾਸ਼ ਇਹਨੂੰ ਨਹੀਂ ਪਤਾ ਲੱਗਿਆ ਹਲੇ ਲੈ ਵੀ ਚਾਲ ਓਏ ਕਿਵੇਂ ਡਾਰੀਆਂ ਮਾਰਦਾ ਕਬੂਤਰ ਥੋੜੀਆਂ ਤੂੰ ਲੋ ਬਈ ਦੇਖੋ ਪਾਣੀ ਆਪਾਂ ਰੱਖਤਾ ਨਿਗਾ ਨਿਗਾ ਤਾਇਆ ਤਾਇਆ ਇੱਧਰ ਪਿਆ ਬਈ ਇਹਨਾਂ ਦਾ ਫੀਡਰ ਇਹ ਫੀਡਰ ਆਪਾਂ ਚੱਕ ਲੈਨੇ ਆ ਤੇ ਛਾੜ ਲੈਨੇ ਆ ਓਏ ਛਾੜ ਕੇ ਇਦੇ ਵਿੱਚ ਆਪਾਂ ਫੀਡ ਪਾ ਲੈਨੇ ਇੱਧਰ ਪਈ ਆਪਣੀ ਫੀਡ ਲੋ ਜੀ ਕੰਮ ਡਾਨਾ ਆਪਾਂ ਰੱਖ ਦਿੰਨੇ ਅੰਦਰ ਆ ਲੋ ਵੀ ਆ ਗਈ ਤੁਹਾਡੀ ਫੀਡ ਇੱਥੋਂ ਫੀਡ ਖਾ ਲਿਓ ਠੀਕ ਆ ਲੈ ਮੁਰਗੀ ਚਾਲ ਅੰਦਰ ਅੰਦਰ ਹੀ ਪੀ ਲੋ ਆਉ ਦਾ ਪਾਣੀ ਪੂਣੀ ਜੋ ਪੀਣਾ ਸ਼ਾਬਾਸ਼ ਤੇ ਚਲੋ ਮਿੱਤਰੋ ਆਜੋ ਫਿਰ ਕਰੀਏ ਬੰਦੇ ਇਹਨਾਂ ਨੂੰ ਬਾਕੀ ਸਾਰੇ ਚੂਚੇ ਬਈ ਠੀਕ ਠਾਕ ਨੇ ਆ ਸਾਰੇ ਨਾਲੋਂ ਬਹੁਤ ਤੇ ਜੀ ਨਾਲ ਵੱਡਾ ਹੋਈ ਜਾਂਦਾ ਹੈਗਾ ਜਿਹੜਾ ਆਪਣਾ ਲिटल ਸੁਲਤਾਨ ਆ ਸਾਰੇ ਨਾਲੋਂ ਵੱਡਾ ਹੋਈ ਜਾਂਦਾ ਬਹੁਤ ਜਲਦੀ ਤੇ ਚਲੋ ਭਈ ਆਜੋ ਕਰੀਏ ਬੰਦ ਇੱਧਰ ਦੇਖ ਲੈਨੇ ਆਪਾਂ ਇੱਧਰ ਕੀ ਰਿਪੋਰਟ ਆ ਤਾਂ ਦੇਖਦੇ ਆ ਭਈ ਲਾਲ ਮੁਰਗੀ ਦੀ ਕੀ ਉਹ ਯਾਰ ਯਾਰ ਕੀ ਚੱਕਰ ਆ ਯਾਰ ਇਹਨੇ ਤਾਂ ਸਾਰੇ ਆਂਡੇ ਖਰਾਬ ਕਰਤੇ ਯਾਰ ਨਾ ਆਂਡਿਆਂ ਉੱਤੇ ਬੈਠੀ ਆ ਇਹ ਹਣਾ 15 ਕੁ ਦਿਨ ਤਾਂ ਵਧੀਆ ਬੈਠੀ ਰਹੀ ਆ ਹੁਣ ਇਹਨੂੰ ਪਤਾ ਨਹੀਂ ਕੀ ਹੋ ਰਿਹਾ ਭਈ ਕੀ ਨਾ ਤਾਂ ਸ਼ਾਇਦ ਹੀ ਕੋਈ ਬੱਚਾ ਨਿਕਲੇ ਤੋ ਸਾਰੇ ਤੁਸੀਂ ਆਪ ਹੀ ਦੇਖੋ ਸਾਰੇ ਅੰਡੇ ਥੱਲੇ ਦੱਬੇ ਪਏ ਨੇ ਬਈ ਤੂੜੀ ਦੇ ਬੱਚਾ ਕਿੱਥੋਂ ਨਿਕਲੂਗਾ ਯਾਰ ਆਪ ਇਹ ਉੱਤੇ ਬੈਠੀ ਨਹੀਂ ਹਨਾ ਅੰਡੇ ਠੰਡੇ ਹੋਏ ਪਏ ਨੇ ਤਾਂ ਬਈ ਹਨਾ ਕੋਈ ਤਰੀਕਾ ਹੋਵੇ ਤਾਂ ਦੱਸਿਓ ਬੱਚੇ ਕਢਾਉਣ ਦਾ ਵੀ ਜਿਹੜੇ ਇਹਨਾਂ ਦੇ ਆ ਚਾਰ ਪੰਜ ਦਿਨਾਂ ਰਹਿੰਦੇ ਨੇ ਤਾਂ ਵੀਰੇ ਆਪਾਂ ਕਿਵੇਂ ਕਢਾ ਸਕਦੇ ਆ ਆਪਾਂ ਕੈਂਡਲਿੰਗ ਕਰ ਲਾਂਗੇ ਅੰਡਿਆਂ ਦੀ ਜਿਹੜੇ ਅੰਡਿਆਂ 'ਚ ਬੱਚੇ ਹੋਏ ਤਾਂ ਤੁਸੀਂ ਤਰੀਕਾ ਦੱਸ ਦਿਓ ਵੀ ਐਸ ਲੋਟ ਵੀ ਨਿਕਲ ਸਕਦੇ ਨੇ ਮੁਰਗੀ ਤੋਂ ਇਲਾਵਾ ਤਾਂ ਆਪਾਂ ਉਹਵੇਂ ਕਢਾ ਲਾਂਗੇ ਪਰ ਆਹ ਮੁਰਗੀ ਵੱਲੋਂ ਪੂਰੀ ਉਮੀਦ ਆ ਵੀ ਇਹ ਆਪਾਂ ਨੂੰ ਸਾਰੇ ਚੂਚੇ ਕੱਢ ਕੇ ਦੇਊਗੀ ਸਾਰੇ ਅੰਡਿਆਂ 'ਚੋਂ ਤਾਂ ਬਹੁਤ ਸਿਆਣੀ ਮੁਰਗੀ ਆ ਬਾਕੀ ਇਹਨੂੰ ਆ ਪਾਣੀ ਰੱਖ ਰੱਖਿਆ ਆਪਾਂ ਲੈ ਪੀ ਲਾ ਬਾਕੀ ਵੀ ਪਿਆ ਕੇ ਆਪਾਂ ਚੱਕ ਦਾਂਗੇ ਤੇ ਇਧਰ ਧਰੀ ਹੋਈ ਇਹਨੂੰ ਫੀਡ ਲੈ ਵੀ ਆ ਵੀ ਖਾਲਾ ਜੀ ਖਾਣੀਆਂ ਤਾਂ ਆ ਲੈ ਵੀ ਕਣਕ ਵੀ ਖਾਲਾ ਚੱਕ ਚੱਕ ਦੇ ਫੱਟੇ ਆ ਲੈ ਹੋਰ ਲੈ ਲਾ ਚੱਕ ਇਧਰ ਮਿੱਤਰੋ ਚਾਰ ਆਂਡੇ ਇਕੱਠੇ ਹੋ ਰਹੇ ਨੇ ਵੀਰੇ ਤਿੰਨ ਆਰ ਆਈ ਆਰ ਦੇ ਇੱਕ ਫਰੋਜਲ ਦਾ ਇਹ ਆਪਾਂ ਘਰੇ ਲੈ ਚੱਲਦੇ ਆ ਉੱਥੇ ਰੱਖ ਦਿੰਨੇ ਇੱਥੇ ਤਾਂ ਕਈ ਵਾਰ ਨਾ ਮੁਰਗੀ ਤੋੜ ਦਿੰਦੀ ਹੈ ਜਿਹੜੀ ਲਾਲਜੀ ਆ ਲਓ ਜੀ ਚਲੋ ਆ ਜਾਓ ਭਾਈ ਹੁਣ ਆਪਾਂ ਡਾਕੂ ਨੂੰ ਬਾਹਰ ਕੱਢ ਦਿੰਨੇ ਆ ਕਿਉਂਕਿ ਆਪਣੇ ਦੋਨੇ ਮੁਰਗੇ ਤਾਂ ਹਨਾ ਅੰਦਰ ਨੇ ਡੋਲੀ ਦੇ ਵਿੱਚ ਤਾਂ ਆਪਾਂ ਨੂੰ ਕੋਈ ਹੁਣ ਡਰ ਨਹੀਂ ਹੈਗਾ ਤੇ ਇਹਨੂੰ ਬਾਹਰ ਛੱਡ ਦਿੰਨੇ ਆ ਇਹ ਬਾਹਰ ਫਿਰ ਲੂ ਆ ਜਾ ਵੀ ਡਾਕੂ ਆ ਜਾ ਆ ਜਾ ਆ ਜਾ ਚੱਲ 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 ਬਾਹਰ ਚੱਲ ਬਾਹਰ 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 ਚੱਲ ਭਾਈ ਬਾਹਰ ਜਾ ਕੇ ਖਾ ਲਈਂ ਚੱਲ ਲੈ ਚੱਲ ਬਾਹਰ ਚੱਲ 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 ਸ਼ਾਬਾਸ਼ ਵੈਰੀ ਗੁੱਡ ਆਜੋ ਮਿੱਤਰੋ ਹੁਣ ਇਹਨਾਂ ਨੂੰ ਦਾਣਾ ਪਾਣੀ ਫਿੜਦੀ ਆਪਾਂ ਆਓ 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 ਆਜੋ ਵੀ ਸਾਰੇ ਆਓ 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 ਚੱਕ ਦੋ ਫਟੇ ਖਾਓ 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 ਲੋ ਬਈ ਖਾਓ ਇਧਰ ਲਿਆਂਦਾ ਬਈ ਤਾਇਆ ਤਾਇਆ ਪਾਣੀ ਆਪ ਪੈਚ ਪਾ ਦਿੰਨੇ ਆ ਆਜੋ ਵੀ ਇਧਰ ਬਈ ਆਪਾਂ ਫੀਡਰ ਵੀ ਭਰਤਾ ਹਨਾ ਦਾਣੇ ਪਾਤੇ ਐਚ ਵੀ ਚੱਕੋ ਬਈ ਲੋ ਜੀ ਹੁਣ ਕੰਮ ਲੋਟਾ ਨਾਲੇ ਪਾਣੀ ਦਾ ਕੂਣਾ ਧਰਤਾ ਭਰ ਕੇ ਖਾਓ ਪੀਓ ਹੁਣ ਇੱਥੇ ਸ਼ਾਮ ਨੂੰ ਫੇਰ ਕਰ ਦਾਂਗੇ ਆਜੋ ਮਿੱਤਰੋ ਹੁਣ ਆਪਾਂ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਈਏ ਤੇ ਨਾਲੇ ਵੀਰੇ ਦੋ ਤਿੰਨ ਖੁਸ਼ਖਬਰੀਆਂ ਆਈਆਂ ਨੇ ਉਹ ਵੀ ਤੁਹਾਨੂੰ ਦਿਖਾ ਦਈਏ ਲੋ ਬਈ ਪਹਿਲਾਂ ਤਾਂ ਆਪਾਂ ਦਾਣੇ ਪਾ ਦਿੰਨੇ ਆ ਇਹਨਾਂ ਤਾਂ ਫੀਡਰ ਕਰ ਦਿੰਨੇ ਆ ਸਿੱਧਾ ਆਜੋ ਬਈ ਆਇਓ 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 ਭੱਜੋ ਸਾਰੇ ਸ਼ਾਬਾਸ਼ ਗੁੱਲੀ ਡੰਡਾ ਤੇ ਕਣਕ ਦੋਨੇ ਚੀਜ਼ਾਂ ਮਿਕਸ ਨੇ ਬਾਈ ਲਓ ਜੀ ਆਜੋ ਸਾਰੇ ਆਲੋ ਵੀ ਇੱਧਰ ਆ ਗਿਆ ਤੁਹਾਡਾ ਪਾਣੀ ਪਾਣੀ ਆਪਾਂ ਇੱਥੇ ਰੱਖ ਦਿੰਨੇ ਆ ਬਾਈ ਲਓ ਜੀ ਕੰਮ ਇਹਨਾਂ ਦਾ ਡਾਨਾ ਤਾਂ ਮਿੱਤਰੋ ਇਹਨਾਂ ਨੂੰ ਖਾਣ ਦਿਓ ਦਾਣੇ ਆਜੋ ਤੁਹਾਨੂੰ ਮੈਂ ਦਿਖਾਵਾਂ ਫਿਰ ਏ ਇੱਥੇ ਰੱਖ ਲਿਆ ਮੇਟਰੋਂ ਆਂਡਾ ਵੀਰੇ ਚੀਨਿਆਂ ਦੀ ਜੋੜੀ ਨੇ ਹਲੇ ਕਾਂਡਾ ਰੱਖਿਆਗਾ ਜਿਹੜਿਆਂ ਦਾ ਬਈ ਆ ਬੱਚਾ ਹਨਾ ਪਹਿਲਾਂ ਇਹਦੇ ਮਾਪਿਓ ਨੇ ਇੱਥੇ ਆਂਡਾ ਧਰ ਲਿਆ ਇੱਕ ਆਂਡਾ ਧਰਿਆ ਇੱਕ ਇਹਨੇ ਧਰ ਲਿਆ ਇਦਰੋਂ ਬਈ ਰੱਤੀ ਨੇ ਦਵਾਰੇ ਆਂਡੇ ਧਰ ਲੇ ਦੇਖੋ ਦੋਨੇ ਧਰਲੇ ਪਤਾ ਨਹੀਂ ਇੱਕ ਧਰਿਆਗਾ ਇਹ ਇੱਕ ਧਰਿਆ ਯਾਰ ਪਿਛਲੀ ਵਾਰ ਵੀ ਇਹਨੇ ਇੱਕ ਧਰਿਆ ਸੀ ਯਾਰ ਹੁਣ ਵੀ ਇੱਕ ਧਰਿਆ ਤਾਂ ਇਹਨੂੰ 2 ਦਿਨ ਹੋ ਗਏ ਨਹੀਂ ਤਾਂ ਆਂਡਾ ਧਰ ਲੈਣਾ ਸੀ ਵੀਰੇ ਇਹਨੇ ਦੂਜਾ ਬਾਕੀ ਦੇਖਦੇ ਕੀ ਬਣਦਾ ਧਰੂਗੀ ਕਿ ਨਹੀਂ ਪਰ ਰੱਤੀ ਨੇ ਆਂਡਾ ਧਰ ਲਿਆ ਤੇ ਇੱਕ ਜੋੜੇ ਨੇ ਬਈ ਇਧਰ ਆਂਡਾ ਧਰ ਲਿਆ ਦੇਖੋ ਜਣੀ ਕਿ ਤਿੰਨ ਕਬੂਤਰੀਆਂ ਨੇ ਨਵੀਆਂ ਨੇ ਅੰਡੇ ਧਰ ਲੇ ਇੱਕ ਇੱਕ ਆਂਡਾ ਧਰਿਆ ਪਰ ਹਲੇ ਲੋ ਬਈ ਇਧਰ ਆ ਕੇ ਇਹਨਾਂ ਦਾ ਪਾਣੀ ਤੇ ਦਾਣੇ ਬਈ ਇਹਨਾਂ ਨੂੰ ਰੱਖ ਤੇ ਕੰਮ ਇਹਨਾਂ ਦਾ ਓਕੇ ਆ ਚਲੋ ਆਜੋ ਬਈ ਕਰੀਏ ਬੰਦ ਬਾਕੀ ਬਈ ਆਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਟਿਕਾ ਕੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਚਿਕ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਜਟੋ